ਅਸਲਾਮੁਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦਲ ਵਾਖਦ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਪਰਵਾਹਾਂ ਵਾਸਤੇ ਆਪਣੇ ਇਲਾਕੇ ਦਾ ਇੱਕ ਨਾਇਾਬ ਤੋਹਫਾ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਪਰਵਾਹਾਂ ਦੇ ਇਹ ਬੜਾ ਹੀ ਪਸੰਦ ਆਵੇਗਾ ਦੋਸਤੋ ਮਾਸ਼ਾਅੱਲਾ ਆਪਣੇ ਇਲਾਕੇ ਦੀ ਜ਼ਮੀਨ ਹੈ ਪੱਕੇ ਵੱਟ ਦੀ 101% ਇੱਥੇ ਪਾਣੀ ਮਿੱਠਾ ਸ਼ਰਤਾਂ ਜਿੰਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਸ ਵਾਸਤੇ ਆਪਣੇ ਇਲਾਕੇ ਦੀ ਜਿਹੜੀ ਜ਼ਮੀਨ ਹੈਗੀ ਉਹ ਥੋੜੀ ਜੀ ਮਹਿੰਗੀ ਹੁੰਦੀ ਹੈ ਹਰ ਫਸਲ ਵਾਸਤੇ ਉਹ ਕਾਮਯਾਬ ਹੁੰਦੀ ਹੈ ਤੇ ਸਾਲ ਦਾ ਨਹਿਰੀ ਪਾਣੀ ਹੁੰਦਾ ਹੈ ਦੋਸਤੋ ਮਤਲਬ ਕਿ ਆਪਣੇ ਇਲਾਕੇ ਦੀ ਜ਼ਮੀਨ ਵਿੱਚ ਕਿਸੇ ਕਿਸਮ ਦਾ ਕੋਈ 1% ਵੀ ਫਾਲਟ ਨਹੀਂ ਹੁੰਦਾ ਦੋਸਤੋ ਮਾਸ਼ਾਅੱਲਾ 45 ਏਕੜ ਇਸ ਜਿਹੜੀ ਜ਼ਮੀਨ ਇਹਦੇ ਵਿੱਚ ਪਰਾਵਾਂ ਨੂੰ ਦੋ ਟਿਊਬਵਲ ਟਰਪੈਨ ਸਿਸਟਮ ਇਹ ਭਰਾਵਾਂ ਦੇ ਸਾਹਮਣੇ ਇਹ ਟਰਪੈਨ ਟਰਾਂਸਫਾਰਮਰ ਖੰਭਾ ਮੌਕੇ ਤੇ ਮੌਜੂਦ ਹੈ ਬਿਜਲੀ ਮੌਕੇ ਤੇ ਮੌਜੂਦ ਹੈ ਦੋਸਤੋ ਆਪਾਂ ਇੱਕ ਜਿਹੜੀ ਕਿ ਟਰਪੈਨ ਹੈਗੀ ਨਾ ਇਹ ਮੋਟਰ ਇਹ ਭਰਾਵਾਂ ਨੂੰ ਦਿਖਾ ਰਹੇ ਆ ਲੇਕਿਨ ਇੱਕ ਨਹੀਂ ਇੰਦੇ ਵਿੱਚ ਦੋਸਤੋ ਮਿਲਣ ਗਿਆ ਦੋ ਟਰਪੈਨਾ ਦੋ ਟਰਪੈਨਾ ਇਹ ਡੇਰਾ ਸ਼ਰਾ ਬਣਿਆ ਹੋਇਆ ਹੈ ਇਹ ਤੁਹਾਡੇ ਭਰਾਵਾਂ ਦੇ ਸਾਹਮਣੇ ਤੇ ਸਾਲ ਦਾ ਨਹਿਰੀ ਪਾਣੀ ਹੈ ਇਹ ਆਪਣੀ ਇਹ ਜ਼ਮੀਨ ਨੂੰ ਤੇ ਤਮਾਮ ਹੀ ਪੱਕਾ ਖਾਲਾ ਹੈ ਆਪਾਂ ਜ਼ਮੀਨ ਦੇ ਨਾਲ-ਨਾਲ ਜਾ ਰਹੇ ਹਾਂ ਨਾ ਤੇ ਪਰਵਾਨ ਦਿਖਾਵਾਂਗੇ ਕਿ ਤਮਾਮ ਪੱਕਾ ਖਾਲਾ ਹੈ ਵੇਖੋ ਦੋਸਤੋ ਆਪਾਂ ਥੋੜਾ ਜਿਹਾ ਅੱਗੇ ਆ ਗਏ ਹਾਂ ਇੱਥੇ ਵੀ ਪੱਕਾ ਖਾਲਾ ਹੈ ਆਪਣੀ ਜ਼ਮੀਨ ਦੇ ਨਾਲ-ਨਾਲ ਆ ਵੇਖੋ ਦੋਸਤੋ ਇਹ ਦਰਮਿਆਨ ਦੇ ਵਿੱਚ ਮਾਲਕ ਨੇ ਆਪਣਾ ਖਾਲਾ ਬਣਾਇਆ ਹੋਇਆ ਹੈ ਜਿਹੜਾ ਕੱਚਾ ਹੈ ਤੁਸੀਂ ਦੋਸਤ ਮੌਕੇ ਤੇ ਆਓਗੇ ਨਾ ਤੁਹਾਨੂੰ ਇਸ ਟਾਈਮ ਝੋਨੇ ਦੀ ਫਸਲ ਤੇ ਮੱਕੀ ਦੀ ਫਸਲ ਮੌਕੇ ਤੇ ਮਿਲੇਗੀ ਕੇ ਚੋਨਾ ਇਸ ਟਰਮ ਕਸ਼ਤ ਹੁੰਦਾ ਪਿਆ ਹੈ ਮੈਂ ਭਰਾਵਾਂ ਨੂੰ ਫਿਰ ਦੱਸ ਦਿੰਨਾ ਕਿ 2 ਟਰਪੈਨਾ ਨੇ ਤੇ 2 ਹੀ ਡੇਰੇ ਨੇ ਜਿਹੜਾ ਆਪਾਂ ਨੂੰ ਇਹ ਜ਼ਮੀਨ ਦੇ ਅੰਦਰ ਮਿਲੇਗਾ ਤੇ ਹਰ ਡੇਰੇ ਤੇ ਹਰ ਟਰਪੈਨ ਤੇ ਬਿਜਲੀ ਮੌਜੂਦ ਹੈ ਤੇ ਮਾਸ਼ਾਅੱਲਾ ਬਹੁਤ ਹੀ ਅੱਛਾ ਤੇ ਮناسب ਕੀਮਤ ਵਿੱਚ ਇੱਕ ਆਪਣੇ ਕੋਲੇ ਸ਼ਾਨਦਾਰ ਤੋਹਫਾ ਹੈ ਆਪਣੇ ਇਲਾਕੇ ਦਾ ਤਖਸੀਲ ਅਰਫਲਾ ਜ਼ਿਲ੍ਹਾ ਪਾਕਪਤਨ ਅਰਫਲੇ ਸ਼ਹਿਰ ਤੋਂ ਤਕਰੀਬਨ 9-10 ਕਿਲੋਮੀਟਰ ਸਫਰ ਆਪਾਂ ਕਰਨਾ ਹੈ ਸਹੀਵਾਲ ਰੋਡ ਤੇ ਦੋਸਤੋ ਇਹ ਜ਼ਮੀਨ ਨੂੰ ਸਹੀਵਾਲ ਮੈਨ ਰੋਡ ਲੱਗਦਾ ਪਿਆ ਜੀ ਆਪਣੀ ਇਸ 45 ਏਕੜ ਜ਼ਮੀਨ ਨੂੰ ਦੋਸਤੋ ਸਹੀਵਾਲ ਮੈਨ ਰੋਡ ਤੋਂ 1 ਕਿਲੋਮੀਟਰ ਲਿੰਕ ਰੋਡ ਹੈ ਰਸਤਾ ਪੱਕਾ ਹੈ ਅੱਗੇ ਸਿਰਫ ਉਹ 3 ਜਾਂ 4 ਏਕੜ ਰਸਤਾ ਕੱਚਾ ਹੈ 1 ਕਿਲੋਮੀਟਰ ਲਿੰਕ ਰੋਡ ਹੈ ਅੱਗੇ 3 ਜਾਂ 4 ਏਕੜ ਰਸਤਾ ਕੱਚਾ ਹੈ ਤੁਸੀਂ ਐਂ ਸਮਝ ਲਓ ਕਿ ਮੇਨ ਰੋਡ ਤੋਂ ਲੈ ਕੇ ਤੇ ਇਸ ਜ਼ਮੀਨ ਤੱਕ ਤਕਰੀਬਨ ਬਣਦਾ ਪਿਆ ਸਵਾ ਕਿਲੋਮੀਟਰ ਸਫ਼ਰ ਪੱਕੇ ਵੱਟ ਦੀ ਬਹੁਤ ਹੀ ਖਾਸ ਜ਼ਰਾਇਜ਼ ਜ਼ਮੀਨ ਆਪਣੇ ਕੋਲੇ ਆਲੂ ਲਾ ਲਓ ਮੱਕੀ ਲਾ ਲਓ ਧਾਨ ਦੀ ਫਸਲ ਤੁਹਾਡੇ ਪਰਾਵਾਂ ਦੇ ਸਾਹਮਣੇ ਕਮਾਂਡ ਵੀ ਤੁਸੀਂ ਇੱਥੇ ਦੁਨੀਆਂ ਦੀ ਕੋਈ ਫਸਲ ਵੀ ਉਗਾ ਸਕਦੇ ਜੀ ਕਿਉਂਕਿ ਮਾਸ਼ੱਲਾ ਇਹ ਆਪਣਾ ਇਲਾਕਾ ਹੈ ਦੋਸਤੋ ਇਹ 45 ਏਕੜ ਇਹ ਜ਼ਰਾਇਜ਼ ਜ਼ਮੀਨ 22 ਏਕੜ ਇੱਕ ਬੰਦੇ ਦੇ ਨਾਂ ਤੇ ਤੇ 15 ਏਕੜ ਇੱਕ ਬੰਦੇ ਦੇ ਨਾਂ ਤੇ ਤੇ 8 ਏਕੜ ਇੱਕ ਬੰਦੇ ਦੇ ਨਾਂ ਤੇ ਮਤਲਬ ਕਿ ਇਹਦੇ ਵਿੱਚੋਂ ਆਪਾਂ ਨੂੰ 22 ਏਕੜ ਅਲੱਗ ਮਿਲ ਸਕਦੀ ਏ ਤੇ 15 ਏਕੜ ਅਲੱਗ ਮਿਲ ਸਕਦੀ ਏ ਤੇ 8 ਏਕੜ ਅਲੱਗ ਮਿਲ ਸਕਦੀ ਏ ਜਾਂ ਫਿਰ ਤੁਸੀਂ ਆਪਣੀ ਖੁਸ਼ੀ ਦੇ ਨਾਲ ਮੁਕੰਮਲ ਜ਼ਮੀਨ ਵੀ ਲੈ ਸਕਦੇ ਜੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਜ਼ਮੀਨ ਦੀ ਕੀਮਤ ਦੱਸਣ ਤੋਂ ਪਹਿਲੇ ਮੈਂ ਭਰਾਵਾਂ ਨੂੰ ਇੱਕ ਗੱਲ ਲਾਜ਼ਮੀ ਕਰਨੀ ਏ ਤੁਸੀਂ ਇਹ ਗੱਲ ਯਾਦ ਰੱਖਣੀ ਏ ਕਿ ਮੈਂ ਸਿਰਫ ਦੋਸਤਾਂ ਨੂੰ ਦੋਸਤੋ ਉਹਨਾਂ ਠੇਕਾ ਜਨਾ ਮੌਕੇ ਤੇ ਚੱਲਦਾ ਪਿਆ ਹੋਵੇ ਤੇ ਜਿੰਨੀ ਕੀਮਤ ਹੋਵੇ ਜਿੰਨੀ ਡਿਮਾਂਡ ਮਾਲਕ ਕਰਦਾ ਪਿਆ ਹੋਵੇ ਤੇ ਜਿੰਨਾ ਠੇਕਾ ਆਸ-ਪਾਸ ਚੱਲਦਾ ਪਿਆ ਹੋਵੇ ਇਹ ਨਹੀਂ ਕਿ ਠੇਕਾ ਹੋਵੇਗਾ ਥੋੜਾ ਅਸੀਂ ਦੱਸਣੇ ਕਰਨਾ ਦੋਸਤੋ ਅਸੀਂ ਮੌਕੇ ਤੇ ਝੋਠੇ ਨਹੀਂ ਪੈਣਾ ਚਾਹੁੰਦੇ ਅਸੀਂ ਤੁਹਾਨੂੰ ਇਹ ਜ਼ਮੀਨ ਦਾ ਠੇਕਾ ਦੱਸ ਦਿੰਨੇ ਆ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਉਹੀ ਠੇਕਾ ਮਿਲੇਗਾ ਤੇ ਤੁਹਾਨੂੰ ਉਹੀ ਕੀਮਤ ਮਿਲੇਗੀ ਇਹਦੇ ਵਿੱਚ ਆਪਣੀ ਗਾਰੰਟੀ ਹੁੰਦੀ ਜੇ ਦੋਸਤੋ ਇਹਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 30 ਲੱਖ ਰੁਪਇਆ ਦੋਸਤੋ 30 ਲੱਖ ਰੁਪਇਆ ਇੰਦੀ ਡਿਮਾਂਡ ਏ ਫੀ ਏਕੜ ਦੇ ਹਿਸਾਬ ਨਾਲ ਇੱਥੇ ਠੇਕਾ ਚੱਲਦਾ ਪਿਆ ਫੀ ਏਕੜ ਦੇ ਹਿਸਾਬ ਨਾਲ 85000 ਰੁਪਇਆ ਸਾਲਾਨਾ ਦੋਸਤੋ 85000 ਠੇਕਾ ਚੱਲਦਾ ਪਿਆ ਇੱਥੇ ਇਹ ਜ਼ਮੀਨ ਦਾ ਸਾਲ ਦਾ ਫੀ ਏਕੜ ਦੇ ਹਿਸਾਬ ਨਾਲ ਤੇ 30 ਲੱਖ ਰੁਪਇਆ ਮਾਲਕ ਨੇ ਇੰਦੀ ਡਿਮਾਂਡ ਕੀਤੀ ਏ ਫੀ ਏਕੜ ਦੇ ਹਿਸਾਬ ਨਾਲ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਜਿਹੜਾ ਡੇਰਾ ਲੱਗਾ ਟਿਊਬ ਲੱਗਾ ਬਰਾਉਨ ਨੂੰ ਆਪਾਂ ਇੱਕ ਦਿਖਾਇਆ ਕਿ ਆਪਾਂ ਤਰਪੈਨ ਆ ਸਮਨ ਦੇਖੋ ਦੋਸਤੋ ਇੱਥੇ ਆਪਾਂ ਨਹੀਂ ਗਏਗੇ ਕਿਉਂਕਿ ਉੱਥੇ ਰਹਿਸ਼ ਸੀ ਫੈਮਿਲੀ ਸੀ ਜਿਹੜਾ ਕਿ ਇਹ ਵੇਖੋ ਇਹ ਟਰਪੈਨ ਭਰਾਵਾਂ ਦੇ ਸਾਹਮਣੇ ਆਪਾਂ ਭਰਾਵਾਂ ਨੂੰ ਇੱਕ ਟਰਪੈਨ ਦਿਖਾਈ ਕਿਉਂਕਿ ਦੋਸਤੋ ਜਿਹੜੀ ਦੂਸਰੀ ਟਰਪੈਨ ਸੀ ਉੱਥੇ ਰਹਿਸ਼ ਹੈਗੀ ਹੈ ਲੇਕਿਨ ਜੇ ਅੱਬ ਗੱਲ ਕੀਤੀ ਇਹਨੇ ਭਰਾਵਾਂ ਨੂੰ ਕਿੰਦੇ ਵਿੱਚ ਭਰਾਵਾਂ ਨੂੰ ਦੋ ਟਰਪੈਨਾਂ ਮਿਲਣਗੀਆਂ ਤੇ ਸਾਲ ਦਾ ਨਹਿਰੀ ਪਾਣੀ ਮਿਲੇਗਾ ਤੇ ਦੋ ਹੀ ਡੇਰੇ ਮਿਲਣਗੇ WhatsApp ਨੰਬਰ ਐਂਡ ਕਾਲ ਨੰਬਰ ਪਾਈ ਸ਼ਫਕਤ ਸਾਹਿਬ ਦਾ ਜਿਨ੍ਹਾਂ ਨੇ ਇਹ ਜ਼ਮੀਨ ਦਾ ਵਿਜ਼ਿਟ ਕੀਤਾ ਜਿਹੜੇ ਮੌਕੇ ਤੇ ਜ਼ਮੀਨ ਦੀ ਵੀਡੀਓ ਬਣਾ ਕੇ ਲਿਆਏ ਨੇ ਤੁਹਾਨੂੰ ਪਰਵਾ ਨੂੰ ਸਾਹਮਣੇ ਸਕਰੀਨ ਤੇ ਮਿਲ ਗਿਆ ਹੋਵੇਗਾ ਇਸ ਤੋਂ ਇਲਾਵਾ ਮੇਰਾ WhatsApp ਨੰਬਰ ਤੇ ਪਾਈ ਸ਼ਫਕਤ ਦਾ WhatsApp ਨੰਬਰ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਲੱਗੇ ਹੁੰਦੇ ਨੇ ਦੋਸਤਾਂ ਨੂੰ ਇਹ ਵੀ ਪਤਾ ਹੈ ਕਿ ਆਪਣਾ ਆਫਿਸ ਹੈ ਆਪਣਾ ਦਫਤਰ ਹੈ ਆਰਫ ਵਾਲਾ ਸ਼ਹਿਰ ਤੇ ਦੋਸਤੋ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮਨਸ ਲੈ ਕੇ ਭੇਜੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਜਿਹਨਾਂ ਦੋਸਤਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਦੋਸਤੋ ਇਨਸ਼ਾਅੱਲਾ ਤਾਲਾ ਬਸ਼ਰਤ ਜ਼ਿੰਦਗੀ ਬਾਫਜ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼